ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਰਸ਼ਨ ਹੋ ਰਹੇ ਜੀ ਕਪੂਰਥਲਾ ਸ਼ਹਿਰ ਸਿੱਖ ਕੌਮ ਦੇ ਇੱਕੋ ਇੱਕ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ, ਜਿਨ੍ਹਾਂ ਦੀ ਪਹਿਲੀ ਰਾਜਧਾਨੀ ਫਤਿਹਾਬਾਦ ਸੀ। ਉਸ ਤੋਂ ਬਾਅਦ ਇਹ ਕਪੂਰਥਲਾ ਉਹਨਾਂ ਦੀ ਰਾਜਧਾਨੀ ਬਣਦੀ ਹੈ। ਇਹਨਾਂ ਦਾ ਜਨਮ 3 ਮਈ 1718 ਈਸਵੀ ਨੂੰ ਸਰਦਾਰ ਬਦਰ ਸਿੰਘ ਹੋਣਾ ਦੇ ਘਰ ਲਾਹੌਰ ਦੇ ਕੋਲ ਆਲੂ ਪਿੰਡ ਦੇ ਵਿੱਚ ਹੁੰਦਾ ਹੈ। ਉੱਥੋਂ ਹੀ ਇਹਨਾਂ ਦੀ ਜਿਹੜੀ ਆ ਨਾਮ ਦੇ ਮਗਰ ਆਲੂ ਤੋਂ ਆਲੂਵਾਲੀਆ ਸਦਾ ਲਈ ਜੁੜਦਾ ਹੈ। ਸਿਰਫ ਅਜੇ 5 ਸਾਲ ਦੀ ਉਮਰ ਹੈ ਜਦੋਂ ਇਹਨਾਂ ਦੇ ਪਿਤਾ ਜੀ ਸਰਦਾਰ ਬਦਰ ਸਿੰਘ ਚੜ੍ਹਾਈ ਕਰ ਜਾਂਦੇ ਹਨ। ਇਹਨਾਂ ਦੇ ਮਾਤਾ ਜੀ ਇਸ ਯਤੀਮ ਬੱਚੇ ਨੂੰ ਨਾਲ ਲੈ ਕੇ ਮਾਤਾ ਸੁੰਦਰ ਕੌਰ ਜੀ ਕੋਲ ਦਿੱਲੀ ਚਲੇ ਜਾਂਦੇ ਹਨ। ਉੱਥੇ ਰਹਿ ਕੇ ਉਹਨਾਂ ਦਾ ਬਚਪਨ ਬਤੀਤ ਹੁੰਦਾ ਹੈ। ਦੋ ਧਾਰਾਂ ਵਜਾ ਕੇ ਕੀਰਤਨ ਕਰਦੇ ਹਨ ਅਤੇ ਮਾਤਾ ਜੀ ਦੀ ਸੰਗਤ ਕਰਕੇ ਗੁਰਸਿੱਖੀ ਦੇ ਵਿੱਚ ਰੰਗੇ ਜਾਂਦੇ ਹਨ। 17 ਸਾਲ ਦੀ ਉਮਰ ਹੁੰਦੀ ਜਦੋਂ ਇਹਨਾਂ ਦੇ ਮਾਮਾ ਜੀ ਸਰਦਾਰ ਬਾਗ ਸਿੰਘ ਹੱਲੋਵਾਲੀਆ ਇਹਨਾਂ ਨੂੰ ਮਾਤਾ ਜੀ ਕੋਲੋਂ ਲੈ ਆਉਂਦੇ ਹਨ। ਉੱਥੋਂ ਤੁਰਨ ਲੱਗਿਆਂ ਮਾਤਾ ਜੀ ਇਹਨਾਂ ਨੂੰ ਢਾਲ, ਤਲਵਾਰ, ਤੀਰ ਕਮਾਨ, ਤੀਰਾਂ ਦਾ ਭੱਥਾ ਅਤੇ ਇੱਕ ਪੁਸ਼ਾਕ ਆਪਣੇ ਕੋਲੋਂ ਦਿੰਦੇ ਹਨ। ਅੰਮ੍ਰਿਤਸਰ ਪਹੁੰਚਦੇ ਹਨ, ਦੋ ਧਾਰਾਂ ਵਜਾ ਕੇ ਕੀਰਤਨ ਕਰਦੇ ਹਨ ਆਸਾ ਦੀ ਵਾਰ ਦੇ, ਤਾਂ ਸਰਦਾਰ ਨਵਾਬ ਕਪੂਰ ਸਿੰਘ ਜੀ ਦਾ ਮਨ ਮੋਹ ਲੈਂਦੇ ਹਨ। ਉਸ ਵੇਲੇ ਸਰਦਾਰ ਨਵਾਬ ਕਪੂਰ ਸਿੰਘ ਜੀ ਨੇ ਇਹਨਾਂ ਨੂੰ ਇਹਨਾਂ ਦੇ ਮਾਮਾ ਜੀ ਕੋਲੋਂ ਅਤੇ ਇਹਨਾਂ ਦੇ ਮਾਤਾ ਜੀ ਕੋਲੋਂ ਮੰਗ ਲਿਆ ਪੰਥ ਵਾਸਤੇ, ਤਾਂ ਉਸ ਤੋਂ ਬਾਅਦ ਤਕਰੀਬਨ ਪੁੱਤਰਾਂ ਵਾਂਗ ਪਾਲਿਆ, ਬੜਾ ਪਿਆਰ ਕੀਤਾ। ਪੜ੍ਹਿਆ ਲਿਖਿਆ ਅਤੇ ਜ਼ਿੰਮੇਵਾਰ ਹੋਣ ਕਰਕੇ ਇਹਨੂੰ ਦਾਣੇ ਫੱਕੇ ਦੀ ਸੇਵਾ ਵਿੱਚ ਅਤੇ ਹੋਰ ਜਿੱਥੇ ਹਿਸਾਬ ਕਿਤਾਬ ਰੱਖਣੇ ਸੀ ਉਹਨਾਂ ਸੇਵਾਵਾਂ ਵਿੱਚ ਲਗਾ ਦਿੱਤਾ। ਦਿੱਲੀ ਤੋਂ ਆਏ ਸਨ, ਕੁਛ ਆਪਣੀ ਬੋਲੀ ਵਿੱਚ ਹਿੰਦੀ ਦੇ ਅੱਖਰ ਵਰਤਦੇ ਸਨ, ਹਮਕੋ ਤੁਮਕੋ ਬਹੁਤ ਕਹਿੰਦੇ ਸਨ, ਤਾਂ ਉਸ ਵੇਲੇ ਨਾਲ ਦੇ ਸਿੰਘ ਕਈ ਵਾਰ ਇਹਨਾਂ ਦਾ ਮਜ਼ਾਕ ਵੀ ਉਡਾਉਂਦੇ ਸਨ। ਇਹਨਾਂ ਨੇ ਕੰਪਲੇਂਟ ਕੀਤੀ ਸਰਦਾਰ ਨਵਾਬ ਕਪੂਰ ਸਿੰਘ ਹੋਣਾ ਕੋਲ, ਤਾਂ ਉਹਨਾਂ ਨੇ ਕਿਹਾ ਸਬਰ ਰੱਖੋ, ਜੇ ਇਹ ਇੱਕ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਨੂੰ ਨਵਾਬ ਬਣਾ ਸਕਦੇ ਹਨ ਤਾਂ ਤੁਹਾਨੂੰ ਇਹ ਬਾਦਸ਼ਾਹ ਵੀ ਬਣਾ ਸਕਦੇ ਹਨ। ਔਰ ਇਹ ਬਚਨ ਸਮਾਂ ਪਾ ਕੇ ਪੂਰੇ ਵੀ ਹੋਏ। ਇਹਨਾਂ ਦੇ ਮਾਮਾ ਜੀ ਸਰਦਾਰ ਬਾਗ ਸਿੰਘ ਹੱਲੋਵਾਲੀਆ ਪੂਰੇ ਹੋ ਜਾਂਦੇ ਹਨ। ਉਹਨਾਂ ਦਾ ਕੋਈ ਬੇਟਾ ਨਹੀਂ ਸੀ ਤਾਂ ਸਾਰੀ ਪ੍ਰੋਪਰਟੀ ਜਿਹੜੀ ਆ ਉਸ ਵੇਲੇ ਸਰਦਾਰ ਜੱਸਾ ਸਿੰਘ ਹੋਣਾ ਕੋਲ ਆ ਜਾਂਦੀ ਹੈ। ਨਵਾਬ ਕਪੂਰ ਸਿੰਘ ਹੋਣਾ ਨੇ ਇਹਨਾਂ ਨੂੰ ਹੱਥੀ ਅੰਮ੍ਰਿਤ ਛਕਾਇਆ, ਦਸਤਾਰਬੰਦੀ ਕੀਤੀ। ਉਸ ਤੋਂ ਬਾਅਦ 'ਚ ਜਦੋਂ ਦਲ ਖਾਲਸਾ ਬਣਦਾ ਹੈ, ਤਰਨਾ ਦਲ ਅਤੇ ਬੁੱਢਾ ਦਲ ਬਣਦੇ ਹਨ, ਦਲ ਖਾਲਸਾ ਦੀ ਜਥੇਦਾਰੀ ਇਹਨਾਂ ਨੂੰ ਮਿਲਦੀ ਹੈ। ਔਰ ਜਿਹੜਾ 10ਵੇਂ ਪਾਤਸ਼ਾਹ ਤੋਂ ਮਿਲਿਆ ਹੋਇਆ ਗੁਰਜ ਸੀਗਾ ਨਵਾਬ ਕਪੂਰ ਸਿੰਘ ਜੀ ਹੋਣਾ ਨੂੰ, ਅਤੇ ਇੱਕ ਕਿਰਪਾਨ ਸੀਗੀ ਉਹ ਜੱਸਾ ਸਿੰਘ ਹੋਣਾ ਨੂੰ ਦੇ ਦਿੰਦੇ ਹਨ। ਸਰਬੱਤ ਖਾਲਸਾ ਹੁੰਦਾ ਹੈ, ਫੈਸਲਾ ਕੀਤਾ ਜਾਂਦਾ ਹੈ, ਪੰਜਾਬ ਦੇ ਉੱਤੇ ਜਿਹੜਾ ਵੀ ਹਮਲਾਵਰ ਚੜ੍ਹ ਕੇ ਆਏਗਾ ਉਹਨੂੰ ਜਵਾਬ ਦਿੱਤਾ ਜਾਏਗਾ, ਜਿਹੜਾ ਕੌਮ ਦੇ ਨਾਲ ਗੱਦਾਰੀ ਕਰੇਗਾ ਉਹਨੂੰ ਵੀ ਸੋਧਿਆ ਜਾਏਗਾ। ਉਸ ਵੇਲੇ ਦੇ ਹਾਲਾਤ ਇੱਦਾਂ ਸੀਗੇ ਕਿ ਸਾਰੀਆਂ ਮਿਸਲਾਂ ਆਪੋ ਆਪਣੇ ਥਾਂ ਆਪੋ ਆਪਣੇ ਨਿਸ਼ਾਨ ਸਾਹਿਬਾਂ ਹੇਠ ਲੜਾਈਆਂ ਲੜਦੀਆਂ ਸਨ, ਪਰ ਜਦੋਂ ਪੰਥ 'ਤੇ ਕੋਈ ਭੀੜ ਪੈਂਦੀ ਸੀ ਪੰਥ ਇਕੱਠਾ ਹੋ ਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਜਥੇਦਾਰੀ ਹੇਠ ਲੜਦਾ ਸੀਗਾ। ਆਪ ਜੀ ਦਾ ਕੱਦ ਬਹੁਤ ਲੰਬਾ ਸੀਗਾ, ਰੰਗ ਨਿਖਰਿਆ ਸੀ, ਚਿਹਰਾ ਦਾੜਾ ਬਹੁਤ ਭਰਵਾਂ ਸੀ, ਭਰਵੱਟੇ ਭਰਵੇਂ ਸੀਗੇ, ਔਰ ਲੰਬੀਆਂ ਲੰਬੀਆਂ ਬਾਹਾਂ ਜਿਹੜੀਆਂ ਗੋਡਿਆਂ ਤੱਕ ਆਉਂਦੀਆਂ ਸੀਗੀਆਂ। ਤੀਰ ਕਮਾਨ ਦੇ ਔਰ ਬੰਦੂਕ ਚਲਾਉਣ ਦੇ ਬਹੁਤ ਹੀ ਜ਼ਿਆਦਾ ਮਾਹਰ ਸਨ, ਹਰ ਵੇਲੇ ਸੁਰਮਈ ਬਾਣਾ ਪਾ ਕੇ ਰੱਖਦੇ ਸਨ ਔਰ ਨਿਤਨੇਮ ਕਦੀ ਨਹੀਂ ਸੀ ਖੁੰਝਣ ਦਿੰਦੇ। ਇੱਥੋਂ ਤੱਕ ਇਤਿਹਾਸ 'ਚ ਲਿਖਿਆ ਹੈ ਕਿ ਜਿਹੜੇ ਮੁਸਲਮਾਨ ਉਹਨਾਂ ਦੇ ਸਿਪਾਹੀ ਹੁੰਦੇ ਸਨ ਮਿਸਲ ਦੇ ਵਿੱਚ, ਉਹਨਾਂ ਨੂੰ ਹੀ ਸਵੇਰੇ ਉਠਾਉਂਦੇ ਹੁੰਦੇ ਸਨ ਕਿ ਤੁਸੀਂ ਵੀ ਭਾਈ ਨਮਾਜ਼ ਪੜ੍ਹੋ। ਉੱਚਾ ਦਮਾਲਾ ਸਜਾ ਕੇ ਰੱਖਦੇ ਸਨ, ਉਹਨਾਂ ਦਾ ਚਿਹਰੇ ਦਾ ਰੋਬ ਦਾਬ ਬਹੁਤ ਜ਼ਿਆਦਾ ਸੀਗਾ। ਤਕਰੀਬਨ 40 ਸਾਲ ਉਹਨਾਂ ਪੰਥ ਦੀ ਅਗਵਾਈ ਕੀਤੀ, ਕਦੀ ਪੰਥ ਦੇ ਵਿੱਚ ਪਾੜਾ ਨਹੀਂ ਪੈਣ ਦਿੱਤਾ। ਜਦੋਂ ਸਰਦਾਰ ਆਲਾ ਸਿੰਘ ਦੇ ਨਾਲ ਪੰਥ ਦੀ ਫੁੱਟ ਪੈ ਗਈ ਤਾਂ ਉਦੋਂ ਵਿੱਚ ਪੈ ਕੇ ਇਹਨਾਂ ਨੇ ਸੁਲ੍ਹਾ ਸਫਾਈ ਕਰਾ ਦਿੱਤੀ। ਜਦੋਂ ਵੱਡੇ ਘੱਲੂਘਾਰੇ ਸਮੇਂ ਅਬਦਾਲੀ ਚੜ੍ਹ ਕੇ ਆਉਂਦਾ ਹੈ ਤਾਂ ਚੜ੍ਹਤ ਸਿੰਘ ਸ਼ੁਕਰ ਚੱਕੀਆ ਕਹਿੰਦੇ ਹਨ ਕਿ ਸਾਰੀਆਂ ਮਿਸਲਾਂ ਆਪੋ ਆਪਣੇ ਨਿਸ਼ਾਨ ਸਾਹਿਬ ਹੇਠ ਲੜੀਏ। ਉਦੋਂ ਉਹਨਾਂ ਨੇ ਕਿਹਾ ਮਿਸਲ ਵੰਡ ਕਬਹੂ ਨਾ ਪਾਵੋ, ਰਲ ਮੇਲ ਖੜ ਤੁਰ ਪੰਥ ਬਚਾਵੋ, ਵੀ ਨਾ ਭਾਈ ਵੰਡੀ ਨਹੀਂ ਪਾਉਣੀ, ਸਾਰੇ ਰਲ ਕੇ ਇਸ ਵੇਲੇ ਪੰਥ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ। ਪੜ੍ਹ ਵੀ ਲੈਂਦੇ ਅਸੀਂ, ਸੁਣ ਵੀ ਲੈਂਦੇ ਹਾਂ, ਔਰ ਅੱਜ ਇਸ ਸਮੇਂ ਦੀ ਬਹੁਤ ਲੋੜ ਹੈ ਜਦੋਂ ਪੰਥ ਇਸ ਵੇਲੇ ਫੁੱਟ ਦੇ ਵਿੱਚ ਖੇਰੂੰ ਖੇਰੂੰ ਹੋਇਆ, ਇਸ ਵੇਲੇ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ। ਕਾਸ਼ ਜਿਹੜੇ ਸਾਡੇ ਪੰਥ ਦੇ ਮੋਹਤਬਾਰ ਆ ਉਹਨਾਂ ਨੂੰ ਇਹ ਗੱਲ ਸਮਝ ਆ ਜਾਵੇ। ਦਿਹਾੜੇ ਇਹਨਾਂ ਦੇ ਮਨਾਉਂਦੇ ਹਨ, ਗੱਲ ਨਹੀਂ ਇਹਨਾਂ ਦੀ ਮੰਨਦੇ। ਵੱਡਾ ਘੱਲੂਘਾਰਾ ਹੋਇਆ, ਪੰਥ ਦਾ ਵੱਡਾ ਨੁਕਸਾਨ ਹੋਇਆ, ਉਸ ਦੇ ਵਿੱਚ ਪੰਥ ਦੇ ਇਸ ਵੱਡੇ ਜਰਨੈਲ ਨੇ ਬਹੁਤ ਹੀ ਕਮਾਲ ਦੀ ਲੜਾਈ ਲੜੀ। 22 ਫੱਟ ਲੱਗਦੇ ਹਨ ਪਰ ਦਲੇਰੀ ਸੂਰਮਤਾਈ ਦੇ ਵਿੱਚ ਕੋਈ ਫਰਕ ਨਹੀਂ ਪਿਆ।
ਜਦੋਂ ਲਾਹੌਰ ਜਿੱਤਿਆ ਜਾਂਦਾ ਤਾਂ ਨਵਾਬ ਕਪੂਰ ਸਿੰਘ ਹੋਣਾ ਨੇ ਇਹਨਾਂ ਨੂੰ ਤਖਤ ਤੇ ਬਿਠਾ ਕੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਖਾਸ ਗੱਲ ਇੱਥੇ ਨੋਟ ਕਰਨ ਵਾਲੀ ਹੈ ਕਿ ਅਬਦਾਲੀ ਦੇ ਹਮਲੇ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਦੀ ਬਿਲਡਿੰਗ ਦਾ ਨੁਕਸਾਨ ਹੋ ਗਿਆ ਤਾਂ ਉਸ ਦੀ ਇਹਨਾਂ ਨੇ ਦੁਬਾਰਾ ਤੋਂ ਉਸਾਰੀ ਕਰਾਉਣੀ ਸ਼ੁਰੂ ਕੀਤੀ ਤਾਂ ਇਹਨਾਂ ਨੇ ਕਿਹਾ ਇਸ ਕਾਰ ਸੇਵਾ ਵਿੱਚ ਸਿਰਫ ਤੇ ਸਿਰਫ ਅੰਮ੍ਰਿਤਧਾਰੀ ਸਿੰਘ ਹਿੱਸਾ ਲਵੇਗਾ। ਅੱਜ ਗੁਰਦੁਆਰੇ ਦਾ ਪ੍ਰਧਾਨ ਸ਼ਰਾਬੀ, ਅੱਜ ਗੁਰਦੁਆਰੇ ਦਾ ਪ੍ਰਧਾਨ ਹਰ ਤਰ੍ਹਾਂ ਦੇ ਐਬ ਕਰਨ ਵਾਲਾ, ਹਰ ਤਰ੍ਹਾਂ ਦੀ ਗੁਰਬਾਣੀ 'ਤੇ ਉਂਗਲ ਚੁੱਕਣ ਵਾਲਾ, ਇਤਿਹਾਸ 'ਤੇ ਉਂਗਲ ਚੁੱਕਣ ਵਾਲੇ ਪੈਦਾ ਹੋ ਗਏ। ਪ੍ਰਧਾਨਗੀ ਸਾਨੂੰ ਚਾਹੀਦੀ ਹੈ ਪਰ ਗੁਰੂ ਦਾ ਪਿਆਰ ਨਹੀਂ ਸਾਨੂੰ ਚਾਹੀਦਾ। ਔਰ ਦੇਖੋ ਉਸ ਵੇਲੇ ਦੇ ਸਿੱਖਾਂ ਦੇ ਕੀ, ਅਸੀਂ ਉਹਨਾਂ ਤੋਂ ਸਿਆਣੇ ਹੋ ਗਏ, ਆਪਣੀਆਂ ਜਾਨਾਂ ਮਾਰਨ ਵਾਲਿਆਂ ਤੋਂ ਸਿਆਣੇ ਹੋ ਗਏ ਕਿ ਜਿਨ੍ਹਾਂ ਨੇ ਇਹ ਗੱਲ ਕਿਹਾ ਸੀ ਦਰਬਾਰ ਸਾਹਿਬ ਦੀ ਉਸਾਰੀ ਹੋਣੀ ਚਾਹੀਦੀ ਤਾਂ ਇੱਥੇ ਉਹੀ ਕਾਰ ਸੇਵਾ 'ਚ ਲਵੇਗਾ ਹਿੱਸਾ ਜਿਹੜਾ ਅੰਮ੍ਰਿਤਧਾਰੀ ਹੈ। ਆਪ ਜੀ ਦੀ ਕਮਾਂਡ ਹੇਠ ਸਰਹੰਦ 'ਤੇ ਹਮਲਾ ਕੀਤਾ ਗਿਆ, ਉੱਥੋਂ ਦਾ ਗਵਰਨਰ ਜੈਨ ਖਾਨ ਜਿਹੜਾ ਉਹ ਮਾਰਿਆ ਜਾਂਦਾ ਹਮਲੇ ਦੇ ਵਿੱਚ, ਔਰ ਜਿਹੜਾ ਰਾਜ ਹੈ ਉਸ ਵੇਲੇ ਸਰਦਾਰ ਆਲਾ ਸਿੰਘ ਹੁਣਾਂ ਨੂੰ ਦੇ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ 'ਚ ਆਪ ਜੀ ਦਿੱਲੀ ਦੇ ਅੱਗੇ ਤੱਕ, ਯੂਪੀ ਤੱਕ, ਮੁਰਾਦਾਬਾਦ, ਨਜੀਬਾਬਾਦ, ਨਗੀਨਾ, ਅਨੂਪ ਸ਼ਹਿਰ, ਉੱਥੋਂ ਤੱਕ ਆਪ ਜੀ ਮਾਰਾ ਮਾਰਦੇ ਰਹੇ ਹਨ। ਅਬਦਾਲੀ ਦੇ ਜਾਣ ਤੋਂ ਬਾਅਦ ਉਹਦੇ ਜਰਨੈਲ ਜਹਾਨ ਖਾਨ ਨੂੰ ਦੜਾਇਆ, ਉਹ ਹਾਥੀ ਤੋਂ ਉੱਤਰ ਕੇ ਘੋੜੇ 'ਤੇ ਚੜ੍ਹ ਕੇ ਭੱਜ ਗਿਆ ਸੀਗਾ। ਉਸ ਵੇਲੇ ਉਸਦੀ ਬੇਗਮ ਜਿਹੜੀ ਸਿੰਘਾਂ ਦੇ ਕਬਜ਼ੇ 'ਚ ਆਈ ਆ, ਸਿੰਘ ਉਸ ਨੂੰ ਬਹੁਤ ਸਤਿਕਾਰ ਨਾਲ ਉਹਦੀ ਮੂੰਹ ਬੋਲੀ ਭੈਣ ਕੋਲ ਜੰਮੂ ਪਹੁੰਚਾ ਕੇ ਆਉਂਦੇ ਹਨ। ਦੋ ਵਾਰ ਅਬਦਾਲੀ ਦੇ ਕਬਜ਼ੇ 'ਚੋਂ ਹਿੰਦੂ ਬੱਚੀਆਂ ਨੂੰ ਬਚਾ ਕੇ ਉਹਨਾਂ ਦੇ ਘਰ ਸੇਫਲੀ ਪਹੁੰਚਾਉਂਦੇ ਹਨ। ਮਰਾਠਿਆਂ ਦਾ ਇੱਕ ਬਹੁਤ ਹੀ ਫੇਮਸ ਜਿਹੜਾ ਹਾਥੀ ਸੀਗਾ ਹੋਲਕਰ, ਉਹ ਅਬਦਾਲੀ ਦੇ ਹੱਥ ਆ ਜਾਂਦਾ ਪਾਣੀਪਤ ਦੀ ਲੜਾਈ 'ਚ, ਉਸ ਤੋਂ ਬਾਅਦ 'ਚੋਂ ਜਹਾਨ ਖਾਨ ਕੋਲ, ਔਰ ਉਸ ਤੋਂ ਬਾਅਦ ਸਰਦਾਰ ਜੱਸਾ ਸਿੰਘ ਹੁਣਾਂ ਕੋਲ, ਔਰ ਉਹ ਇਹਦਾ ਨਾਮ ਅਕਾਲ ਬਖਸ਼ ਰੱਖਦੇ। ਉਸ ਵੇਲੇ ਜਦੋਂ ਦਿੱਲੀ ਦਾ ਤਖਤ ਜਿੱਤਦੇ ਹਨ, ਤਖਤ 'ਤੇ ਬਹਿਣ ਲੱਗੇ ਸੀ ਪਰ ਪੰਥ ਦੇ ਵਿੱਚ ਕਿਸੇ ਤਰ੍ਹਾਂ ਦੀ ਵੰਡ ਨਾ ਪੈ ਜਾਵੇ, ਉਸ ਵੇਲੇ ਉੱਤਰ ਆਏ ਦੁਆਬੇ ਦੇ ਜਲੰਧਰ ਦੇ ਲੋਕ। ਕਪੂਰਥਲਾ ਇਹਨਾਂ ਦੀ ਰਾਜਧਾਨੀ ਸੀ, ਇਹਨਾਂ ਨੂੰ ਬਾਦਸ਼ਾਹ ਕਹਿੰਦੇ ਸਨ ਪਰ ਆਪ ਆਪਣੇ ਨਾਮ ਅੱਗੇ ਉਹਨਾਂ ਨੇ ਕੋਈ ਰਾਜਾ, ਨਵਾਬ ਜਾਂ ਬਾਦਸ਼ਾਹ ਨਹੀਂ ਲਵਾਇਆ। ਜਿਹੜਾ ਚੋਲਾ ਇੱਕ ਵਾਰ ਪਹਿਨ ਲੈਂਦੇ ਸਨ ਉਹ ਦੁਬਾਰਾ ਨਹੀਂ ਪਹਿਨਦੇ ਸਨ। ਤੀਰ ਅੰਦਾਜ਼ੀ, ਬੰਦੂਕ ਪੱਕੇ ਨਿਸ਼ਾਨਚੀ ਸਨ। ਦੀਵਾਲੀ ਦੇ ਮੌਕੇ 'ਤੇ ਇੱਕ ਵਾਰ ਅੰਮ੍ਰਿਤਸਰ ਸਾਹਿਬ ਪਹੁੰਚਦੇ ਹਨ, ਪੇਟ ਵਿੱਚ ਥੋੜ੍ਹਾ ਦਰਦ ਪੈਦਾ ਹੁੰਦਾ ਹੈ ਉੱਥੇ, ਉਸ ਵੇਲੇ ਸਾਰੇ ਸਿੱਖਾਂ ਨੂੰ ਇਕੱਠੇ ਕਰਕੇ ਕਹਿੰਦੇ ਆ ਸਾਡਾ ਅੰਤਮ ਸਮਾਂ ਲਾਗੇ ਆ ਗਿਆ ਹੈ, ਹੁਣ ਸਾਡੇ ਨਾਲ ਕਿਸੇ ਨੇ ਕੋਈ ਗੱਲ ਨਹੀਂ ਕਰਨੀ, ਅਸੀਂ ਸਿਰਫ ਗੁਰਬਾਣੀ ਸੁਣਨੀ ਹੈ, ਔਰ ਸਾਡੇ ਜਾਣ ਤੋਂ ਬਾਅਦ 'ਚ ਕਿਸੇ ਤਰ੍ਹਾਂ ਦੇ ਹੰਝੂ ਨਹੀਂ ਕੇਰਨੇ, ਰੋਣਾ ਨਹੀਂ। ਔਰ 20 ਅਕਤੂਬਰ 1783 ਨੂੰ ਅੰਮ੍ਰਿਤਸਰ ਵਿਖੇ ਉਹ ਆਪਣਾ ਸਰੀਰ ਛੱਡ ਜਾਂਦੇ ਹਨ। ਅੱਜ ਉਹਨਾਂ ਦੀ ਯਾਦਗਾਰ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ, ਗੁਰਦੁਆਰਾ ਬਾਬਾ ਅਟਲ ਰਾਏ ਜੀ ਦੇ ਨਾਲ ਬਿਲਕੁਲ ਪਿਛਲੇ ਪਾਸੇ ਉਹਨਾਂ ਦੀ ਸਮਾਧ ਬਣੀ ਹੋਈ ਹੈ, ਉੱਥੇ ਹੀ ਸਰਦਾਰ ਨਵਾਬ ਕਪੂਰ ਸਿੰਘ ਹੁਣਾਂ ਦਾ ਵੀ ਸੰਸਕਾਰ ਹੋਇਆ ਸੀ। ਕਪੂਰਥਲੇ ਸ਼ਹਿਰ ਦੇ ਵਿੱਚ ਉਹਨਾਂ ਦੀਆਂ ਬਹੁਤ ਨਿਸ਼ਾਨੀਆਂ ਹਨ। ਉਹ ਗੋਲ ਹਵੇਲੀ ਜਿਹੜੀ ਉਹਨਾਂ ਦੀ ਰਿਹਾਇਸ਼ ਮੰਨੀ ਜਾਂਦੀ ਹੈ, ਸੈਨਿਕ ਸਕੂਲ ਜਿਹੜਾ, ਇਹ ਸਾਰੇ ਜਿੰਨੇ ਉਸ ਤੋਂ ਬਾਅਦ 'ਚ ਇਹ ਰਾਜਸ਼ਾਹੀ ਮਿਸਲ, ਇਹ ਉਹਨਾਂ ਦੀ ਹੀ ਅੱਗੇ ਚੱਲਦੀ ਰਹੀ ਹੈ। ਆਲੂਵਾਲੀਆ ਮਿਸਲ ਦਾ ਇੱਥੇ ਰਾਜ ਰਿਹਾ ਹੈ, ਇਹਨਾਂ ਦੀ ਕੋਤਵਾਲੀ ਹੋਵੇ, ਇਹ ਅੱਗੇ ਉਹਨਾਂ ਤੋਂ ਹੀ ਸਾਰੇ ਰਾਜੇ ਚੱਲਦੇ ਆਏ ਹਨ। ਔਰ ਉਹਨਾਂ ਦੇ ਨਾਮ ਉੱਤੇ ਇੱਕ ਕਾਲਜ ਬਣਿਆ ਹੋਇਆ ਜਿਹਨੂੰ ਰਣਧੀਰ ਕਾਲਜ ਵੀ ਕਹਿੰਦੇ ਹਨ, ਜਿਹੜਾ 1856 ਦੇ ਵਿੱਚ, ਅੱਜ ਤੋਂ ਤਕਰੀਬਨ 160-162 ਸਾਲ ਪਹਿਲਾਂ ਉਹ ਬਣਿਆ ਸੀਗਾ, ਉਹ ਵੀ ਉੱਥੇ ਹੈ। ਇਹ ਮਹਾਨ ਸੂਰਮੇ ਜਿਨ੍ਹਾਂ ਨੂੰ ਸਾਡੀ ਲੱਖ ਲੱਖ ਵਾਰ ਨਮਸਕਾਰ ਹੈ, ਇਹਨਾਂ ਦੇ ਇਤਿਹਾਸ ਸਾਨੂੰ ਪੜ੍ਹਨੇ ਸੁਣਨੇ ਬਹੁਤ ਜ਼ਰੂਰੀ ਹਨ। ਇਹਨਾਂ ਨੂੰ ਸੁਣ ਕੇ ਸਮਝ ਕੇ ਸਾਨੂੰ ਪਤਾ ਲੱਗੂ ਸਾਡੇ ਵੱਡਿਆਂ ਦੀਆਂ ਕਮਾਈਆਂ। ਆ ਜੋ ਅਸੀਂ ਅੱਜ ਦੇਖ ਰਹੇ ਹਾਂ ਕਿ ਪੰਥ ਦੀ ਪਿੱਠ 'ਚ ਮਿੰਟ ਮਿੰਟ 'ਤੇ ਛੁਰਾ ਮਾਰਨਾ, ਇਹ ਸਾਡੇ ਵੱਡਿਆਂ ਦੀਆਂ ਕਮਾਈਆਂ ਨਹੀਂ, ਇਹ ਸਾਡੀਆਂ ਨਲਾਇਕੀਆਂ ਹਨ। ਜੋ ਅਸੀਂ ਅੱਜ ਸੱਭਿਆਚਾਰ ਬਣਾ ਕੇ ਬੈਠ ਗਏ ਪੰਜਾਬ ਦਾ, ਸਿੱਖੀ ਦਾ, ਇਹ ਸਾਡੇ ਵੱਡਿਆਂ ਦੀਆਂ ਨਲਾਇਕੀਆਂ ਨਹੀਂ, ਫਿਰ ਸਾਡੀਆਂ ਨਲਾਇਕੀਆਂ ਹਨ। ਆਓ ਵਾਪਸ ਮੁੜੀਏ, ਵਾਪਸ ਆਪਣੇ ਧੁਰੇ ਨਾਲ ਜੁੜੀਏ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ, ਬਾਣੇ ਬਾਣੀ 'ਤੇ ਧਾਰਨੀ ਹੋਈਏ। ਨਹੀਂ ਤਾਂ ਅਸੀਂ ਆਪਣਾ ਅਤੇ ਆਪਣੇ ਪੰਥ ਦਾ ਬਹੁਤ ਨੁਕਸਾਨ ਕਰ ਰਹੇ ਹਾਂ, ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਦੀ ਮੁਆਫੀ ਜੀ। ਵੀਡੀਓ ਸ਼ੇਅਰ ਜ਼ਰੂਰ ਕਰਨੀ, ਪੇਜ ਨਿਸ਼ਾਨ ਸਿੰਘ ਆਸਟ੍ਰੇਲੀਆ ਲਾਈਕ ਸ਼ੇਅਰ ਜ਼ਰੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।